ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਰੂਮ ਅਕੈਡਮੀ ਫॉर ਪੰਜਾਬੀ YouTube ਦੇ ਚੈਨਲ ਉੱਪਰ ਇਹ ਚੈਨਲ ਤੇ ਆਪਾਂ ਪੰਜਾਬੀ UGC NET ਸੰਬੰਧੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਮਾਨਸਲ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ ਦੋਸਤੋ ਪਹਿਲਾ ਪ੍ਰਸ਼ਨ ਹੈ ਕਿ ਮੁੱਖ ਸੱਭਿਆਚਾਰ ਦੇ ਅੰਤਰਗਤ ਗੌਣ ਸੱਭਿਆਚਾਰ ਦੇ ਵਿਕਸਿਤ ਹੋਣ ਦੀ ਵਧੇਰੇ ਸੰਭਾਵਨਾ ਕਿੱਥੇ ਹੈ ਦੋਸਤੋ ਅਜਿਹਾ ਉੱਥੇ ਹੀ ਹੋ ਸਕਦਾ ਹੈ ਜਦ ਦੋ ਜਾਂ ਵਧੇਰੇ ਸੱਭਿਆਚਾਰ ਆਪਸ ਵਿੱਚ ਮਿਲਦੇ ਹੋਣ ਭਾਵ ਇਹ ਬਹੁ ਸੱਭਿਆਚਾਰਕ ਸਮਾਜਾਂ ਵਿੱਚ ਅਤੇ ਪਾਰ ਸੱਭਿਆਚਾਰਕ ਸਮਾਜਾਂ ਵਿੱਚ ਹੀ ਪੋਸੀਬਲ ਹੈ ਇਸ ਪ੍ਰਕਾਰ 3 ਅਤੇ 4 ਨੂੰ ਦਰਸਾਉਂਦਾ ਆਪਸ਼ਨ 3 ਸਾਡਾ ਸਹੀ ਉੱਤਰ ਹੈ ਦੋਸਤੋ ਇਹ ਪ੍ਰਸ਼ਨ ਪ੍ਰਵਾਸੀ ਸਾਹਿਤ ਨਾਲ ਸੰਬੰਧਿਤ ਹੈ ਇਸ ਵਿੱਚ ਪੁੱਛਿਆ ਹੈ ਕਿ ਪ੍ਰਵਾਸੀ ਸਾਹਿਤ ਵਿੱਚ ਕਿਹੜੇ ਨਵੇਂ ਵਿਸ਼ੇਕਰ ਸਿਰੋਕਾਰ ਪੈਦਾ ਹੋਏ ਹਨ ਦੋਸਤੋ ਪੂਹੇਰਵਾ ਨਸਰੀ ਵਿਤਕਰਾ ਆਦਜੋ ਪ੍ਰਵਾਸੀ ਸਰੋਕਾਰ ਸਨ ਉਹਨਾਂ ਦਾ ਸਮਾਂਕਾਲ ਪੁਰਾਣਾ ਹੋ ਚੁੱਕਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਤਾਂ ਹਰ ਕੋਈ ਖੁਸ਼ੀ-ਖੁਸ਼ੀ ਬਾਹਰ ਜਿਵੇਂ ਕੈਨੇਡਾ ਅਮਰੀਕਾ ਜਾਣਾ ਚਾਹੁੰਦਾ ਹੈ ਤੇ ਜੋ ਲੋਕ ਉੱਤੇ ਰਹਿ ਰਹੇ ਹਨ ਉਹਨਾਂ ਦੇ ਮਨ ਵਿੱਚ ਵੀ ਕੋਈ ਆਪਣੇ ਮੋਲਕ ਭਾਰਤ ਵਾਪਸ ਮੁੜਨ ਦੀ ਤਾਂਗ ਵੀ ਨਹੀਂ ਹੈ ਦੋਸਤੋ ਔਯੋਕੀ ਸਮੇਂ ਵਿੱਚ ਜੋ ਨਵੇਂ ਵਿਸ਼ੇਗਤ ਸਰੋਕਾਰ ਉੱਭਰ ਕੇ ਸਾਹਮਣੇ ਆਉਂਦੇ ਹਨ ਉਹ ਹਨ ਪ੍ਰਵਾਸ ਤੇ ਮੂਲਵਾਸ ਵਿੱਚ ਸੰਵਾਦ ਪਾਰਰਾਸ਼ਟਰੀ ਚੇਤਨਾ ਅਤੇ ਪਛਾਣ ਦਾ ਮਸਲਾ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপਸ਼ਨ 1 ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਡਾਇਸਪੋਰਾ ਨੂੰ ਪ੍ਰਵਾਸ ਨਾਲੋਂ ਨਖੇੜਨ ਵਾਲਾ ਤੱਤ ਕਿਹੜਾ ਹੈ ਦੋਸਤੋ ਡਾਇਸਪੋਰਾ ਤੇ ਪ੍ਰਵਾਸ ਦੇ ਸੰਕਲਪ ਲਗਭਗ ਇੱਕੋ ਹਨ ਪਰ ਡਾਇਸਪੋਰਾ ਵਿੱਚ ਮੂਲਵਾਸ ਅਤੇ ਵਸੇਬੇ ਦੇ ਸਥਾਨ ਵਿੱਚ ਨਿਰੰਤਰ ਸੰਵਾਦ ਹੁੰਦਾ ਰਹਿੰਦਾ ਹੈ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপਸ਼ਨ 3 ਹੈ ਭਾਵ ਮੂਲਵਾਸ ਅਤੇ ਵਸੇਬੇ ਦੇ ਸਥਾਨ ਵਿੱਚ ਨਿਰੰਤਰ ਸੰਵਾਦ ਅਗਲਾ ਪ੍ਰਸ਼ਨ ਹੈ ਕਿ ਡਾਕਟਰ ਪਿਆਰ ਸਿੰਘ ਅਨੁਸਾਰ ਖੋਜ ਵਿਉਂਤੀਆਂ ਕਿਸਮਾਂ ਦਾ ਸਹੀ ਵਰਗ ਕਿਹੜਾ ਹੈ ਦੋਸਤੋ ਡਾਕਟਰ ਪਿਆਰ ਸਿੰਘ ਅਨੁਸਾਰ ਪ੍ਰਯੋਗਾਤਮਿਕ ਅਧਿਆਨਵਾਦੀ ਅਤੇ ਸਰਵੇਖਣ ਖੋਜ ਵਿਉਂਤ ਦੀਆਂ ਕਿਸਮਾ ਹਨ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ ਆਪਸ਼ਨ 3 ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਤੁਲਨਾਤਮਿਕ ਖੋਜ ਦੇ ਰੂਪ ਆਧਾਰਾਂ ਦਾ ਸਹੀ ਵਰਗ ਕਿਹੜਾ ਹੈ ਦੋਸਤੋ ਤੁਲਨਾਤਮਿਕ ਖੋਜ ਤੋਂ ਭਾਵ ਹੈ ਕਿਸੇ ਦੋ ਚੀਜ਼ਾਂ ਰਚਨਾਵਾਂ ਵਿਚਕਾਰ ਤੁਲਨਾ ਕਰਨੀ ਇਹਨਾਂ ਦਾ ਆਧਾਰ ਖੇਤਰ ਦੇ ਆਧਾਰ ਤੇ ਵਿਸ਼ੇ ਦੇ ਆਧਾਰ ਤੇ ਪદ્ધਤੀ ਦੇ ਆਧਾਰ ਤੇ ਹੁੰਦਾ ਹੈ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপশন 3 ਹੈ ਜਦਕਿ ਪਾਠਕ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਆਦ ਨੂੰ ਆਧਾਰ ਮੰਨ ਕੇ ਤੁਲਨਾਤਮਕ ਖੋਜ ਨਹੀਂ ਕੀਤੀ ਜਾ ਸਕਦੀ ਦੋਸਤੋ ਅਗਲਾ ਪ੍ਰਸ਼ਨ ਹੈ ਦਾ ਰੀਪ ਆਫ ਲੋਕ ਪੁਸਤਕ ਦਾ ਪੰਜਾਬੀ ਵਿੱਚ ਗੁਤਨੀ ਹਰਨਸ ਲੇਖ ਹੇਠ ਕਾਬ ਅਨੁਵਾਦ ਕਿਸ ਨੇ ਕੀਤਾ ਦੋਸਤੋ ਪੰਜਾਬੀ ਵਿੱਚ ਇਹ ਅਨੁਵਾਦ ਡਾਕਟਰ ਗੁਰਚਰਨ ਸਿੰਘ ਨੇ ਕੀਤਾ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপਸ਼ਨ 3 ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਕਾਲੀਦਾਸ ਦੇ ਨਾਟਕ ਸਕੁੰਤਲਾ ਦਾ ਅਨੁਵਾਦਕ ਕੌਣ ਹੈ ਦੋਸਤੋ ਕਾਲੀਦਾਸ ਸੰਸਕ੍ਰਿਤ ਭਾਸ਼ਾ ਦਾ ਮਹਾਨ ਨਾਟਕਕਾਰ ਹੋਇਆ ਉਸ ਦੇ ਨਾਟਕ ਸਕੁੰਤਲਾ ਦਾ ਪੰਜਾਬੀ ਵਿੱਚ ਅਨੁਵਾਦ ਡਾਕਟਰ ਚਰਨ ਸਿੰਘ ਨੇ ਕੀਤਾ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপਸ਼ਨ 4 ਹੈ ਦੋਸਤੋ ਅਗਲੇ ਪ੍ਰਸ਼ਨਾਂ ਲਈ ਇੱਕ ਪੈਰਾ ਦੇ ਕੇ ਉਸ ਵਿੱਚੋਂ ਪ੍ਰਸ਼ਨ ਦਿੱਤੇ ਗਏ ਹਨ ਅਸੀਂ ਉਸ ਪੈਰੇ ਦੀ ਮਦਦ ਨਾਲ ਉਹਨਾਂ ਸਵਾਲਾਂ ਦੇ ਹੱਲ ਦੇਣੇ ਹਨ। ਦੋਸਤੋ ਪਹਿਲਾ ਪ੍ਰਸ਼ਨ ਹੈ ਕਿ ਅਨੁਭਵ ਤੋਂ ਕੀ ਭਾਵ ਹੈ? ਦੋਸਤੋ ਇਸ ਦਾ ਉੱਤਰ ਪੈਰੇ ਦੀ ਪਹਿਲੀ ਲਾਈਨ ਤੋਂ ਹੀ ਆਸਾਨੀ ਨਾਲ ਹੀ ਮਿਲ ਜਾਂਦਾ ਹੈ ਕਿ ਅਨੁਭਵ ਮਨ ਦੇ ਨਿਮਨ ਚੇਤਨਾ ਵਾਲੇ ਮਾਨਸਿਕ ਭਾਵਾਂ ਨੂੰ ਨਿਯੰਤਰਿਤ ਕਰਦਾ ਹੈ। ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ ਆਪਸ਼ਨ 1 ਹੈ। ਦੋਸਤੋ ਇਹ ਪ੍ਰਸ਼ਨ ਵੀ ਪੈਰੇ ਵਿੱਚੋਂ ਦਿੱਤਾ ਗਿਆ ਹੈ। ਪ੍ਰਸ਼ਨ ਹੈ ਕਿ ਕਲਾਕਾਰ ਜਾਂ ਕਵੀ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟ ਕਰਦਾ ਹੈ ਦੋਸਤੋ ਕਵੀ ਜਾਂ ਕਲਾਕਾਰ ਆਪਣੇ ਵਿਚਾਰਾਂ ਨੂੰ ਸੁਚੇਤ ਰੂਪ ਵਿੱਚ ਅਤੇ ਕਲਾਤਮਕ ਰੂਪ ਵਿੱਚ ਪ੍ਰਗਟ ਕਰਦਾ ਹੈ ਇਸ ਪ੍ਰਕਾਰ ਇਹਨਾਂ ਦੇ ਜੁਟ ਨੂੰ ਦਰਸਾਉਂਦਾ ਆਪਸ਼ਨ 4 ਸਾਡਾ ਸਹੀ ਉੱਤਰ ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਭਾਵਾਂ ਦੀ ਉਪਜ ਦਾ ਕੀ ਆਧਾਰ ਹੈ ਦੋਸਤੋ ਇਸ ਦਾ ਉੱਤਰ ਪੈਰੀ ਦੀ ਆਖਰੀ ਲਾਈਨ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ ਕਿ ਵਿਚਾਰ ਅਤੇ ਭਾਵ ਇਤਿਹਾਸ ਦੀ ਪੈਦਾਵਾਰ ਹਨ ਅਰਥਾਤ ਭਾਵ ਇਤਿਹਾਸਕ ਵਿਕਾਸ ਦੀ देन ਹਨ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ অপਸ਼ਨ 3 ਹੈ ਉਮੀਦ ਹੈ ਹੁਣ ਤੱਕ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਲੇ ਲੈਕਚਰ ਸੁਣਨ ਲਈ ਸਾਡੇ ਰੂਹਮ ਅਕੈਡਮੀ ਦੇ YouTube ਚੈਨਲ ਨਾਲ ਜੁੜੇ ਰਹੋ ਧੰਨਵਾਦ